ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਔਰ ਵਿਚਾਰ ਵਟਾਂਦਰਾ ਕਰ ਰਹੇ ਹਾਂ ਅਸੀਂ ਇੰਡੀਪੈਂਡੈਂਸ ਡੇ ਇਸ ਵਰਡ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਆਖਿਰਕਾਰ ਵਰਡ ਹੈ ਕੀ ਔਰ ਜੇਕਰ ਅਸੀਂ ਇਹਨੂੰ ਜੋੜ ਲਈਏ ਭਾਰਤ ਦੇ ਵਿੱਚ ਤਾਂ 15 ਅਗਸਤ 1947 ਨੂੰ ਜਦ ਦੇਸ਼ ਆਜ਼ਾਦ ਹੋਇਆ ਸੀਗਾ ਤਾਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪ੍ਰੈਜੈਂਟ ਤੱਕ ਆਜ਼ਾਦੀ ਮਨਾਈ ਜਾਂਦੀ ਹੈ ਭਾਰਤ ਦੇ ਵਿੱਚ ਲੇਕਿਨ ਕਿ ਆਜ਼ਾਦੀ ਦੀ ਲੋੜ ਹੈ ਗਰੀਬੀ ਤੋਂ ਕੀ ਆਜ਼ਾਦੀ ਦੀ ਲੋੜ ਹੈ ਅਜੇ ਵੀ ਕਰਪਸ਼ਨ ਤੋਂ ਕੀ ਆਜ਼ਾਦੀ ਦੀ ਲੋੜ ਹੈ ਰੋਜ਼ਗਾਰ ਤੋਂ ਕੀ ਆਜ਼ਾਦੀ ਦੀ ਲੋੜ ਹੈ ਨਸ਼ਿਆਂ ਤੋਂ ਆਜ਼ਾਦੀ ਦੀ ਲੋੜ ਹੈ ਕਿ ਜਿਹੜਾ ਕਿਸਾਨ ਭਰਾ ਖੁਦਕੁਸ਼ੀਆਂ ਕਰ ਰਿਹਾ ਆਜ਼ਾਦੀ ਦੀ ਲੋੜ ਹੈ ਕਿ ਵਧੀਆ ਸ਼ਿਕਸ਼ਾ ਦੀ ਆਜ਼ਾਦੀ ਦੀ ਲੋੜ ਹੈ ਵਧੀਆ ਸਿਹਤ ਵਿਭਾਗ ਨੂੰ ਕੰਮ ਕਰਨ ਦੀ ਅਤੇ ਇਹ ਸਵਾਲ ਬਣੇ ਹੋਏ ਨੇ ਔਰ ਜੇਕਰ ਮੈਂ ਆਜ਼ਾਦੀ ਦੀ ਗੱਲ ਕਰਦਾ ਤਾਂ ਮੈਨੂੰ ਬਿਲਕੁਲ ਮੇਰੇ ਜ਼ਹਿਨ ਦੇ ਅੱਗੇ ਮੇਰੇ ਅੱਖਾਂ ਦੇ ਸਾਹਮਣੇ ਤਸਵੀਰ ਛਪ ਜਾਂਦੀ ਹੈ ਸਰਦਾਰ ਭਗਤ ਸਿੰਘ ਹੋਰਾਂ ਦੀ ਊਧਮ ਸਿੰਘ ਹੋਰਾਂ ਦੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਉਸ ਆਜ਼ਾਦੀ ਦੇ ਲਈ ਜਿਨ੍ਹਾਂ ਨੇ ਆਪਣੀ ਪੜ੍ਹਾਈ ਨਹੀਂ ਵੇਖੀ ਦੇ ਗੇਵ ਦੇਅਰ ਸਟੱਡੀਜ਼ ਦੇ ਗੇਵ ਦੇਅਰ ਮੈਰਿਜ ਦੇ ਗੇਵ ਦੇਅਰ ਫੈਮਿਲੀ ਦੇ ਗੇਵ ਦੇਅਰ ਰਿਲੀਜਨ ਦੇ ਗੇਵ ਦੇਅਰ ਲਾਈਫ ਫੋਰ ਦੀ ਨੇਸ਼ਨ ਕੈਨ ਆਈ ਸੀ ਕਿ ਇੱਕ ਵੀ ਸਿਆਸਤਦਾਨ ਮੈਨੂੰ ਲੱਗਦਾ ਕਿ ਇਹ ਸਭ ਕੁਝ ਨਿਛਾਵਰ ਕਰਦੇ ਔਰ ਕਹੇ ਕਿ ਮੈਂ ਇੱਕ ਸੱਚਾ ਦੇਸ਼ ਦਾ ਨਾਗਰਿਕ ਹਾਂ ਮੇਰੇ ਜਜ਼ਬਾਤ ਅੱਜ ਇਸੇ ਕਰਕੇ ਖੁੱਲ੍ਹਦੇ ਨੇ ਕਿ ਜਦ ਮੈਂ ਅਸੀਂ ਮੀਡੀਆ ਦੇ ਵਿੱਚ ਵੇਖਦੇ ਹਾਂ ਰਿਪੋਰਟਾਂ ਔਰ ਜਦ ਅਸੀਂ ਸੁਣਦੇ ਹਾਂ ਰਿਪੋਰਟਾਂ ਤਾਂ ਸਾਨੂੰ ਬਹੁਤ ਦੁੱਖ ਹੁੰਦਾ ਹੈ ਤੁਸੀਂ ਗਲਤਾਂ ਕਰਦੇ ਹੋ ਕਿ ਅਸੀਂ ਦੇਸ਼ ਦੇ ਲਈ ਨਿਛਾਵਰ ਹੋ ਜਾਵਾਂਗੇ ਧਰਮ ਦੇ ਲਈ ਨਿਛਾਵਰ ਹੋ ਜਾਵਾਂਗੇ ਲੇਕਿਨ ਅੱਜ ਉਹ ਗੱਲਾਂ ਹੈਗੀਆਂ ਕਿ ਨਹੀਂ ਹੈਗੀਆਂ ਜ਼ਮੀਨੀ ਪੱਧਰ 'ਤੇ ਕੋਈ ਹੈ ਬੰਦਾ ਹੈ ਕਿ ਆਪਣੀ ਲਾਈਫ ਨੂੰ ਕੁਰਬਾਨ ਕਰਦੇ ਆਪਣੇ ਰਿਲੀਜਨ ਨੂੰ ਕੁਰਬਾਨ ਕਰਦੇ ਆਪਣੀ ਪੜ੍ਹਾਈ ਨੂੰ ਕੁਰਬਾਨ ਕਰਦੇ ਆਪਣੇ ਕਰੀਅਰ ਨੂੰ ਕੁਰਬਾਨ ਕਰਦੇ ਆਪਣੀ ਫੈਮਿਲੀ ਨੂੰ ਕੁਰਬਾਨ ਕਰਦੇ ਕੋਈ ਹੈ ਇੱਕ ਸਿਆਸਤਦਾਨ ਹੈ ਸ਼ਰਮ ਆਉਂਦੀ ਹੈ ਮੈਨੂੰ ਮੇਰੇ ਨਾਲ ਕਾਲਰ ਜੁੜ ਰਹੇ ਨੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਕੀ ਵਿਚਾਰ ਨੇ ਇਸ ਮੁਤਲਕ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨ ਏਅਰ ਹੋ ਕਿੱਥੋਂ ਬੋਲ ਰਹੇ ਹੋ ਹਾਂਜੀ ਹਾਂਜੀ ਜੈ ਭੀਮ ਜੈ ਭਾਰਤ ਜੀ 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 ਕੀ ਕਹਿਣਾ ਚਾਹੋਗੇ ਹਾਂਜੀ ਅੱਜ ਆਜ਼ਾਦੀ ਦਾ ਜਿਹੜਾ ਵਿਸ਼ਾ ਵੈਸੇ ਜਸ ਪੰਜਾਬੀ ਦਾ ਵੈਸੇ ਬਹੁਤ ਬਹੁਤ ਕਾਫੀ ਚਿਰ ਤੋਂ ਮੈਂ ਦੇਖ ਰਿਹਾ ਹਾਂ ਉਹ ਬਹੁਤ ਹੀ ਵਧੀਆ ਚੈਨਲ ਚੱਲ ਰਿਹਾ ਇੱਕਦਮ ਟੌਪ ਤੇ ਔਰ ਜਿਹੜੀ ਜਿੱਥੋਂ ਤੱਕ ਆਜ਼ਾਦੀ ਦੀ ਗੱਲ ਆਪਣੇ ਹਿੰਦੁਸਤਾਨ ਦੀ ਹਿੰਦੁਸਤਾਨ ਤਾਂ ਆਜ਼ਾਦੀ ਨਾਮ ਲੈਣਾ ਹੀ ਬਹੁਤ ਮੁਸ਼ਕਲ ਆ ਕਿਉਂਕਿ ਉਸਦੀ ਤਾਂ ਕੋਈ ਦਿਸ਼ਾ ਹੈ ਨਹੀਂ ਵੀ ਜਿਹੜੀ ਆਜ਼ਾਦ ਹੋਵੇ ਅੱਜ ਜਿਹੜਾ ਜਿਹੜਾ ਦੇਸ਼ ਹਿੰਦੁਸਤਾਨ ਅੱਜ ਵੇਲੇ ਮਨੁਵਾਦ ਦੀ ਚੁੰਗਲ ਦੇ ਵਿੱਚ ਫਸਿਆ ਹੋਇਆ ਔਰ ਇੱਥੋਂ ਤੱਕ ਕਿ ਜਿਹੜਾ ਸੰਵਿਧਾਨ ਸੇਫ ਨਹੀਂ ਹੈਗਾ ਉੱਥੇ ਕਾਨਸਟੀਟਿਊਸ਼ਨ ਜਿਹਦੇ ਉੱਤੇ ਦੇਸ਼ ਨੇ ਚੱਲਣਾ ਉਹ ਸੇਫ ਨਹੀਂ ਹੈਗਾ ਤੁਹਾਨੂੰ ਕੀ ਲੱਗਦਾ ਕੀ ਕਮੀ ਹੈ ਆਵਾਮ ਕਿਸ ਚੀਜ਼ ਦੀ ਕਮੀ ਹੈ ਤੁਹਾਨੂੰ ਲੱਗਦੀ ਹੈ ਕਿ ਇਸ ਕਮੀਆਂ ਤਾਂ ਉੱਥੇ ਸਾਰੀਆਂ ਕਮੀਆਂ ਹੀ ਕਮੀਆਂ ਉੱਥੇ ਪੂਰਾ ਕਮੀਆਂ ਦੇ ਵਿੱਚ ਇਸ ਵੇਲੇ ਜਕੜਿਆ ਹੋਇਆ ਹਿੰਦੁਸਤਾਨ ਕੋਈ ਵੀ ਵਿਅਕਤੀ ਉੱਥੇ ਸੇਫ ਨਹੀਂ ਨਜ਼ਰ ਆ ਰਿਹਾ ਅਸੀਂ ਬਾਹਰ ਬੈਠੇ ਹਾਂ ਔਰ ਅਸੀਂ ਬਿਲਕੁਲ ਆਪਣੇ ਆਪ ਨੂੰ ਸੇਫ ਸਮਝਦੇ ਹਾਂ ਜਿੱਥੋਂ ਸਾਡੇ ਗੁਰੂ ਸਾਹਿਬਾਨਾਂ ਨਾਲ ਵੀ ਉਹਨਾਂ ਨੇ ਮਨੁਵਾਦ ਨੇ ਉਹਨਾਂ ਨਾਲ ਟੱਕਰ ਲਈ ਆ ਉਹਨਾਂ ਨੇ ਵੀ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਨਹੀਂ ਮੰਨੇ ਕੋਈ ਗੱਲਬਾਤ ਨਹੀਂ ਹੋਈ ਜਿੱਦਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸੰਕਲਪ ਲਿਆ ਸੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕਵਨ ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪਰਸਨ ਕਿ ਇਹ ਹਿੰਦੁਸਤਾਨ ਦੇ ਵਿੱਚ ਕੋਈ ਵੀ ਚੀਜ਼ ਟੁੱਕਦੀ ਹੈ ਇੰਨਾ ਹੀ ਮੈਂ ਕਹਿੰਦਾ ਹੋਇਆ ਬਹੁਤ 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 ਧੰਨਵਾਦ ਜੀ ਤੁਸੀਂ ਆਪਣੀ ਗੱਲ ਸਾਡੇ ਨਾਲ ਰੱਖੀ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨ ਏਅਰ ਹੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਠੀਕ ਹੋ ਜੀ ਇੱਕਦਮ ਵਧੀਆ ਜੀ ਆਜ਼ਾਦੀ ਹੁੰਦੀ ਹੈ ਰੈਗੂਲੇਸ਼ਨ 'ਚ ਰਵੇ ਜਿਹੜੇ ਅਸੂਲ ਵਗੈਰਾ ਉਹਨਾਂ ਵਿੱਚ ਰਵੇ ਅਤੇ ਫਿਰ ਖੁਸ਼ ਰਵੇ ਹੁਣ ਦੇਖੋ ਆਜ਼ਾਦੀ ਇੱਥੇ ਹੈ ਮਜ਼ਾਲ ਅਗਰ ਮਹਿਫਲ 'ਚ ਬੈਠੇ ਹੋ ਨਾ ਪਾਰਲੀਮੈਂਟ ਮਜ਼ਾਲ ਕੋਈ ਉੱਚੀ ਗੱਲ ਬੋਲ ਜਾਏ ਉਹ ਕੁੜੀਆਂ ਦੀ ਲੇਡੀਜ਼ ਇਤਨੀ ਰਿਸਪੈਕਟ ਕਰਦੇ ਮਜ਼ਾਲ ਮਤਲਬ ਦਿਲ ਵਿੱਚ ਹੋਵੇ ਕਿ ਖਵਾਹਿਸ਼ ਕਿ ਬਈ ਮੈਂ ਦੂਜੇ ਦੀ ਇੱਜ਼ਤ ਕਰਨੀ ਹੈ ਉਹ ਆਜ਼ਾਦੀ ਹੈ ਇਹ ਨਹੀਂ ਕਿ ਮੈਂ ਰੋਹ ਪਾ ਦੇਵਾਂ ਦੂਜੇ 'ਤੇ ਮੈਂ ਆਜ਼ਾਦ ਹਾਂ ਅਤੇ ਦੂਜਾ ਗੁਲਾਮ ਹੈ ਇੱਕ ਦੂਜੇ ਦੀ ਕੇਅਰਿੰਗ ਬੰਦਾ ਕਰਦਾ ਹੋਵੇ ਕਿ ਨਹੀਂ ਮੈਂ ਇਸ ਫੈਮਿਲੀ ਨੂੰ ਦੁੱਖ ਦੇਣ ਲੱਗਾ ਇਹ ਮੇਰੇ ਵਾਸਤੇ ਠੀਕ ਨਹੀਂ ਹੈਗਾ ਮੈਂ ਇਹਦੇ ਵਾਸਤੇ ਸਹਾਇਤਾ ਕਰਾਂ ਇਹ ਮੇਰੇ ਵਾਸਤੇ ਚੰਗੀ ਗੱਲ ਹੈ ਅਗਰ ਸਾਡੇ ਵਾਸਤੇ ਫੀਲਿੰਗ ਅਦਰ ਵਾਸਤੇ ਹੋਣ ਨਾ ਉਹ ਜ਼ਿਆਦਾ ਆਜ਼ਾਦੀ ਅੱਛੀ ਹੈ ਬਿਰਿਸਕ ਅਸੀਂ ਸੈਲਫਿਸ਼ ਹੋ ਕੇ ਅਤੇ ਆਪਣਾ ਕੰਮ ਕਰ ਕੇ ਅਤੇ ਕਹੀਏ ਦੂਜੇ ਦਾ ਭਾਵੇਂ ਹਜ਼ਾਰ ਪਾਉਂਡ ਨੁਕਸਾਨ ਹੋ ਜਾਏ ਮੈਨੂੰ 100 ਪਾਉਂਡ ਬਚ ਜਾਏ ਜੀ 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 ਬਿਲਕੁਲ ਬਿਲਕੁਲ ਮੈਂ ਹਮੇਸ਼ਾ ਕਹਿੰਦਾ ਹੁੰਦਾ ਦੇਖੋ ਇਸ ਕੰਟਰੀ 'ਚ ਸੈਲਫਿਸ਼ ਬੰਦੇ ਤੁਹਾਡੇ 'ਚ ਨਾ ਹੋਣ ਨਾ ਅੱਜ ਤੁਹਾਡਾ ਕੰਟਰੀ ਮਿਹਨਤੀ ਸਭ ਤੋਂ ਅੱਗੇ ਹੋਵੇ ਲੇਕਿਨ ਮਿਹਨਤ ਕਰਦੇ ਦੂਜੇ ਤਰੀਕੇ ਨਾਲ ਮੇਰੀ ਕੰਮ ਨਾਲ ਮੇਰੀ ਮਿਹਨਤ ਦਾ ਮੈਨੂੰ ਫਲ ਮਿਲੇ ਮਤਲਬ ਦੂਜਾ ਫਾਇਦਾ ਨਾ ਉਠਾ ਜਾਏ ਜੀ 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 ਉਹੀ ਵਾਲੀ ਗੱਲ ਆ ਗਈ ਕਿ ਪਹਿਲਾਂ ਦੇਖੋ ਇੱਥੇ ਅਸੀਂ ਖਾਣੇ ਵਾਸਤੇ ਬੈਠਦੇ ਹਾਂ ਨਾ ਪਹਿਲਾਂ ਆਂਢ ਗੁਆਂਢ ਨੂੰ ਪੁੱਛਦੇ ਹਨ ਵੀ ਇਹ ਗੁਆਂਢ ਜੇ ਬੈਠਾ ਹੁੰਦਾ ਸਾਈਡ ਦੇ ਟੇਬਲ ਤੇ ਉਹਨੂੰ ਫਿਰ ਆਪਣੇ ਸਾਈਡ ਤੇ ਫਿਰ ਆਪਣਾ ਸਾਡੇ ਹੁੰਦਾ ਜੇ ਚਿਕਨ ਪਿਆ ਕੁਝ ਕਹਿੰਦਾ ਪਹਿਲਾਂ ਮੈਂ ਆਪਣੀ ਪਲੇਟ
ਆਜ਼ਾਦੀ ਹੁੰਦੀ ਹੈ, ਦੂਜਿਆਂ ਦੀ ਫੀਲਿੰਗ ਕਰੋ ਤੁਹਾਨੂੰ ਕਿੰਨੀ ਖੁਸ਼ੀ ਮਿਲਦੀ ਹੈ ਕਿਸੇ ਦੂਜੇ ਦੀ ਹੈਲਪ ਕਰਕੇ। ਇੱਕ ਦਫ਼ਾ ਬੇਬੀ ਫਿਸ਼ ਪੁੱਛਣ ਲੱਗੀ ਵਾਈ ਵੀ ਲਿਵ ਇਨ ਵਾਟਰ, ਵਾਈ ਵੀ ਡੋਂਟ ਲਿਵ ਔਨ ਦਾ ਅਰਥ, ਤੇ ਮਾਂ ਕਹਿਣ ਲੱਗੀ ਪੁੱਤਰ ਵੀ ਆਰ ਫਿਸ਼ਿਸ, ਵੀ ਲਿਵ ਇਨ ਵਾਟਰ, ਓਨਲੀ ਸੈਲਫਿਸ਼ ਇਜ਼ ਪੀਪਲ ਲਿਵ ਔਨ ਦਾ ਅਰਥ। ਜੀ 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 ਉਹੀ ਗੱਲ ਹੋ ਗਈ ਨਾ ਕਿ ਬਾਬਾ ਨਾਨਕ ਕਹਿੰਦਾ ਸੀਗਾ ਸਭ ਤੇਰਾ 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 ਤੇਰਾ, ਇੱਥੇ ਅੱਜ ਲੋਕ ਕਹਿੰਦੇ ਨੇ ਕਿ ਮੇਰਾ 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 ਮੇਰਾ, ਲੱਗਦਾ ਇਸੇ ਚੀਜ਼ ਦੀ ਕਮੀ ਹੈ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ, ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਹਰਕਿਰਤ ਸਿੰਘ ਜੀ ਜੀ, ਮੈਂ ਸੋਰੀ ਫਿਰ ਕਮੈਂਟ ਵਾਸਤੇ ਆਇਆ। ਓਕੇ ਜੀ, ਹਰਭਜਨ ਸਿੰਘ ਜੀ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਭਾਈ ਸਾਹਿਬ ਆਏ ਕਿ ਉਹਨਾਂ ਨੇ ਕਨਸਟੀਟਿਊਸ਼ਨ ਦੀ ਗੱਲ ਕੀਤੀ। ਜੀ ਜੀ, ਕਨਸਟੀਟਿਊਸ਼ਨ ਤੁਹਾਨੂੰ ਪੂਰੀ ਆਜ਼ਾਦੀ ਦੇ ਰਿਹਾ। ਜੀ ਜੀ, ਹਾਂ ਜੀ, ਤੁਸੀਂ ਪਹਿਰਾਵਾ ਜੋ ਮਰਜ਼ੀ ਆਪਣੇ ਧਰਮ ਦੇ ਮੁਤਾਬਕ ਪਾ ਸਕਦੇ ਹੋ। ਜੀ ਜੀ, ਇੱਥੋਂ ਤੱਕ ਕਿ ਇੱਕ ਸਿੱਖ ਭਰਾ ਨੂੰ 3 ਫੁੱਟੀ ਕਿਰਪਾਨ ਪਾ ਕੇ ਵੀ ਫਿਰਨ ਦਾ ਹੱਕ ਹੈ। ਜੀ ਜੀ, ਲੇਕਿਨ ਅਸੀਂ ਉਹਨੂੰ ਵਰਤ ਨਹੀਂ ਰਹੇ। ਕੰਸਟੀਟਿਊਸ਼ਨ ਦੀ ਉਹਨਾਂ ਨੇ ਗੱਲ ਕੀਤੀ ਆ, ਤੁਹਾਡੇ ਸਾਹਮਣੇ ਦਿੱਲੀ ਦਾ ਜਿਹੜਾ ਗਵਰਨਰ ਸੀਗਾ ਉਹਨੂੰ ਕੰਸਟੀਟਿਊਸ਼ਨ ਨੇ ਕਿਹਾ ਕਿ ਤੇਰਾ ਹੱਕ ਨਹੀਂ ਹੈਗਾ ਕਿ ਤੂੰ ਇੱਕ ਚੂਹੀ ਹੋਈ ਹਕੂਮਤ ਦੇ ਵਿੱਚ ਇੰਟਰਫੀਅਰ ਕਰੇ। ਜੀ ਜੀ, ਤੁਹਾਡੇ ਸਮੇਂ ਕਰਨਾਟਕਾ ਦੇ ਵਿੱਚ ਕੰਸਟੀਟਿਊਸ਼ਨ ਤੋਂ ਵੱਧ ਗੱਲ ਕੀਤੀ, ਕੰਸਟੀਟਿਊਸ਼ਨ ਨੇ ਲੱਤ ਉਡਾਤੀ ਆਣ ਕੇ ਕਿ ਤੂੰ ਇਹਦਾ ਚੀਫ ਮਿਨਿਸਟਰ ਨਹੀਂ ਬਣ ਸਕਦਾ, ਲਾ ਕੇ ਰੱਖਤਾ। ਔਰ ਮੁਲਕ ਦੇ ਕਈ ਪ੍ਰਾਈਮ ਮਿਨਿਸਟਰ ਜਿਹੜੇ ਜੇਲ੍ਹਾਂ ਤੱਕ ਜਾ ਚੁੱਕੇ ਨੇ ਉਹ ਕਹਿੰਦੇ ਭੇਜੀ ਨੇ ਆਜ਼ਾਦੀ ਨੇ, ਇਸ ਮੁਲਕ ਦੀ ਆਜ਼ਾਦੀ ਨੇ, ਇਹਨੂੰ ਸਮਝਣ ਦੀ ਲੋੜ ਹੈ। ਬਿਲਕੁਲ, 26 ਜਨਵਰੀ ਤੇ 15 ਅਗਸਤ ਕਿਉਂ ਮਨਾਉਂਦੇ ਆ? ਤਾਂ ਕਿ ਤੁਹਾਨੂੰ ਇੰਸਪੀਰੇਸ਼ਨ ਮਿਲੇ, ਤੁਸੀਂ ਯਾਦ ਰੱਖੋ ਕਿ ਅਸੀਂ ਆਜ਼ਾਦ ਹੈ। ਔਰ ਮੈਂ ਇਹ ਵੀ ਕਹਿੰਦਾ ਕਿ ਜਿਸ ਵੇਲੇ ਅਸੀਂ ਇਸ ਮੁਲਕ 'ਚ ਆਏ ਹਾਂ ਸਾਨੂੰ ਕਈ ਪੱਬਾਂ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀਗੀ, ਉਹ ਕਹਿੰਦੇ ਗੈਟ ਆਊਟ ਯੂ ਆਰ ਬਲੈਕ। ਅੱਜ ਅਸੀਂ ਆਜ਼ਾਦ ਮੁਲਕ ਦੇ ਲੋਕ ਹਾਂ, ਭਾਵੇਂ ਆਜ਼ਾਦੀ ਸਹੀ ਨਹੀਂ ਗੀ ਲੇਕਿਨ ਫਿਰ ਵੀ ਇਸ ਆਜ਼ਾਦ ਮੁਲਕ ਦੇ ਹੋਣ ਕਰਕੇ ਅੱਜ ਸਾਨੂੰ ਕਿਸੇ ਮੁਲਕ ਦੇ ਵਿੱਚ ਇਹ ਕਹਿ ਕੇ ਨਹੀਂ ਕਿਹਾ ਜਾਂਦਾ ਕਿ ਯੂ ਆਰ ਬਲੈਕ ਐਂਡ ਗੈਟ ਆਊਟ। ਇਹ ਸਾਡੇ ਮੁਲਕ ਦੀ ਆਜ਼ਾਦੀ ਦੀ ਕੀਮਤ ਹੈ। ਇਸ ਕਰਕੇ ਆਜ਼ਾਦੀ ਨੂੰ ਅੰਡਰਮਾਈਨ ਨਾ ਕਰੋ, ਆਪਣੀ ਸੋਚ ਨੂੰ ਬਦਲੋ, ਆਪਣੇ ਨਸਲੀ ਦਾਇਰੇ ਚੋਂ ਨਿਕਲੋ, ਆਪਣੇ ਧਰਮ ਦੀ ਗੁਲਾਮੀ ਚੋਂ ਨਿਕਲੋ, ਆਪਣੇ ਫਿਰਕਾ ਪ੍ਰਸਤੀ ਦੇ ਦਾਇਰੇ ਚੋਂ ਬਾਹਰ ਨਿਕਲੋ। ਬਿਲਕੁਲ, ਕਲੀਅਰ ਕਰਨ ਦੀ ਲੋੜ ਹੈ। ਭਜਨ ਸਿੰਘ ਜੀ, ਮੈਂ ਤੁਹਾਡੇ ਜਜ਼ਬਾਤਾਂ ਨੂੰ ਸਮਝ ਸਕਦਾ ਹਾਂ, ਤੁਹਾਡੇ ਜਜ਼ਬਾਤਾਂ ਦੀ ਕਦਰ ਵੀ ਕਰਦਾ, ਔਰ ਮੈਨੂੰ ਪਤਾ ਹੈ ਕਿ ਇਹ ਜਜ਼ਬਾਤ ਅੱਜ ਜਿਹੜੇ ਸਾਡੇ ਵਿਊਰ ਸਾਨੂੰ ਵੇਖ ਰਹੇ ਹੋਣਗੇ ਉਹਨਾਂ ਦੇ ਦਿਲਾਂ ਦੇ ਵਿੱਚ ਆ ਰਹੇ ਹੋਣਗੇ, ਉਹਨਾਂ ਦੇ ਜ਼ਹਿਨ ਦੇ ਵਿੱਚ ਚੱਲ ਰਹੇ ਹੋਣਗੇ, ਔਰ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਬਿਲਕੁਲ ਅੱਜ ਜ਼ੁਬਾਨੀ ਆ ਰਹੇ ਹੋਣਗੇ, ਅਤੇ ਮੈਂ ਤੁਹਾਡੇ ਵਿਚਾਰਾਂ ਦੀ ਕਦਰ ਕਰਦਾ ਕਿਉਂਕਿ ਮੈਂ ਸਮਝ ਸਕਦਾ ਤੁਹਾਡਾ ਦੁੱਖ, ਮੈਂ ਸਮਝ ਸਕਦਾ ਤੁਹਾਡੇ ਜੋ ਕਿ ਸੰਤਾਪ ਤੁਸੀਂ ਹੰਡਾਏ ਨੇ, ਔਰ ਜਿਹਨਾਂ ਤੋਂ ਤੁਸੀਂ ਬਾਹਰ ਨਿਕਲ ਕੇ ਅੱਜ ਤੁਸੀਂ UK ਯੂਰੋਪ ਦੇ ਵਿੱਚ ਵਸੇ ਹੋ, ਜਾ ਕੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ, ਔਰ ਆਪਣੇ ਫੈਮਿਲੀ ਨੂੰ ਤੁਸੀਂ ਆਬਾਦ ਕੀਤਾ, ਔਰ ਆਪਣੇ ਆਪ ਨੂੰ ਤੁਸੀਂ ਆਬਾਦ ਕੀਤਾ। ਮੈਂ ਤੁਹਾਡੇ ਦਰਦਾਂ ਨੂੰ ਬਿਲਕੁਲ ਸਮਝ ਸਕਦਾ, ਔਰ ਜੋ ਕਰਨਾ ਹੁੰਦਾ ਹੈ ਉਹ ਆਪਣੇ ਆਪ ਹੀ ਕਰਨਾ ਹੁੰਦਾ, ਕਿਉਂਕਿ ਇਹ ਇਸ ਦੁਨੀਆ ਦਾ ਅਸੂਲ ਹੈ। ਲੇਕਿਨ ਮੈਂ ਹਮੇਸ਼ਾ ਕਹਿੰਦਾ ਕਿ ਜਦ ਇੱਕ ਸਮਾਂ ਸੀਗਾ 1931 ਦਾ, ਜਦ ਇੱਕ ਸ਼ਹੀਦ ਨੂੰ ਜਦ ਫਾਂਸੀ 'ਤੇ ਚੜਾਇਆ ਜਾ ਰਿਹਾ ਸੀਗਾ, ਉਹਨੇ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ, ਉਹਨੇ ਆਪਣਾ ਧਰਮ ਨਹੀਂ ਵੇਖਿਆ, ਆਪਣਾ ਪਰਿਵਾਰ ਨਹੀਂ ਵੇਖਿਆ, ਆਪਣਾ ਉਹਨੇ ਜ਼ਿੰਦਗੀ ਨਹੀਂ ਦੇਖੀ ਆਪਣੀ, ਉਹਨੇ ਪੜ੍ਹਾਈ ਨਹੀਂ ਕੀਤੀ, ਉਹਨੇ ਸਿਰਫ ਦੇਖਿਆ ਤਾਂ ਦੇਖਿਆ ਕਿ ਮੇਰਾ ਵਤਨ, ਔਰ ਉਹਨੇ ਹੱਸਦੇ ਹੋਏ ਫਾਂਸੀ ਦੇ ਵਿੱਚ ਆਪਣੇ ਆਪ ਨੂੰ, ਆਪਣੇ ਰੱਸੇ ਨੂੰ ਚੁੰਮਦੇ ਹੋਏ ਆਪਣੇ ਆਪ ਨੂੰ ਉਹਨੇ ਛਾਵਰ ਕੀਤਾ। ਕਿਹਦੇ ਲਈ ਕੀਤਾ? ਕਿ ਸਿਰਫ ਇਸ ਦੇਸ਼ ਲਈ ਕੀਤਾ। ਮੈਂ ਬਿਲਕੁਲ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ, ਔਰ ਵੀ ਮੇਰੇ ਨਾਲ ਕਾਲ ਜੁੜ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ ਜੀ? ਕੀ ਕਹਿਣਾ ਚਾਹੋਗੇ? ਮੈਂ ਗੱਲ ਕਰਨੀ ਹੈ, ਅੱਛਾ ਚੱਲਦਾ। ਜੀ ਜੀ, ਮੈਂ ਹਰਕੀਰਤ ਬੋਲ ਰਿਹਾ, ਤੁਸੀਂ ਔਨ ਏਅਰ ਹੋ, ਕੀ ਕਹਿਣਾ ਚਾਹੋਗੇ? ਮੈਂ ਇੱਕ ਜਾਣਾ ਆਪਣੇ ਪਹਿਲਾਂ ਪੈਸਾ ਕਹਿ ਗਿਆ ਕਿ ਆਜ਼ਾਦੀ ਆਜ਼ਾਦੀ ਕਿਉਂ ਆਜ਼ਾਦੀ ਦਿੰਦਾ ਆਪਾਂ ਨੂੰ ਦਿੰਦਾ ਜੀ ਜੀ, ਉਹਨਾਂ ਇਹ ਪੁੱਛਿਆ ਜਾਣਾ ਕਿਹੜੀ ਆਜ਼ਾਦੀ, ਕਿੱਥੇ ਆਜ਼ਾਦੀ ਜੇ ਮਿਲ ਸਕੀ ਆ ਤੇ ਮਿਲ ਸਕਣ ਤੇ ਮਿਲਦੀ ਭਾਰਤ ਵਿੱਚ? ਜੀ ਜੀ, ਇੱਕ ਬੱਚਾ 80 ਸਾਲ ਪਾ ਕੇ ਪੇਪਰ ਦੇ ਸਕਦਾ? ਗੱਲਾਂ ਹੈਗੀਆਂ ਜਿਹਦੇ ਤੋਂ ਲੋੜ ਹੈਗੀ ਹੈ ਸੋਚਣ ਦੀ, ਔਰ ਬਹੁਤ ਜ਼ਰੂਰਤ ਹੈਗੀ ਹੈ ਉਹਨਾਂ ਦੇ ਉੱਤੇ ਵਿਚਾਰ ਕਰਨ ਦੀ, ਅਤੇ ਕਹੀਂ ਨਾ ਕਹੀਂ ਉਹ ਚਾਅ ਹਰ ਕਿਸੇ ਨੂੰ ਹੁੰਦਾ, ਔਰ ਜਿਨ੍ਹਾਂ ਅੰਦਰ ਆਜ਼ਾਦੀ ਦਾ ਚਾਅ ਹੁੰਦਾ ਉਹ ਬਾਜ਼ੀ ਜਾਉਣ, ਆਪਣੀ ਬਾਜ਼ੀ ਜਿਹੜੀ ਹੈ
ਉਹ ਜਾਨ ਦੀ ਵੀ ਲਾਉਣ 'ਚ ਤੁਲ ਜਾਂਦੇ ਨੇ, ਜਿਹਨਾਂ ਨੂੰ ਚਾਹ ਹੁੰਦਾ ਉਹ ਉਹਨਾਂ ਨੂੰ ਦੇਖਣਾ ਨਹੀਂ ਹੁੰਦਾ, ਉਹ ਫਿਰ ਕਹਿੰਦੇ ਨੇ ਕਿ ਬਸ ਹੁਣ ਜੇ ਕੁਝ ਚਾਹੀਦਾ, ਜੇ ਕੁਝ ਕਰਨਾ ਤਾਂ ਆਪਣੇ ਦੇਸ਼ ਦੇ ਲਈ ਕਰਨਾ। ਉਹ ਜ਼ਮੀਰ ਕਈ ਲੋਕਾਂ ਦੇ ਅੰਦਰ ਹੈ, ਲੇਕਿਨ ਮੈਨੂੰ ਦੁੱਖ ਦੇ ਨਾਲ ਕਹਿਣਾ ਪੈਂਦਾ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਅਲੋਪ ਹੁੰਦੀ ਜਾ ਰਹੀ ਹੈ, ਉਹ ਹੁਣ ਨਜ਼ਰ ਆਉਣੇ ਬੰਦ ਹੋ ਗਏ ਨੇ। ਹੋਰ ਵੀ ਕਾਲਰ ਸਾਡੇ ਨਾਲ ਜੁੜ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਇੰਗਲੈਂਡ ਤੋਂ ਬੋਲ ਰਿਹਾ, ਬੀਐਸ ਕੰਗ ਜੀ। ਜੀ, ਕੀ ਕਹਿੰਦੇ ਹਾਂ ਜੀ ਕੰਗ ਸਾਹਿਬ? ਮੈਂ ਇਹ ਕਹਿੰਦਾ ਆਜ਼ਾਦੀ ਦੀ ਲੋੜ ਵੀ ਹੈ ਜੀ, ਜੀ ਆਜ਼ਾਦੀ ਆਈ ਵੀ ਨਹੀਂ ਵੀ ਆਈ ਜੀ, ਜੀ ਜੀ ਚਾਟੇ ਆਜ਼ਾਦੀ ਜੇ ਆਈ ਉਹ ਟਾਟੇ ਦੇ ਬਦਲੇ ਲਈ ਆਈ ਸੀ ਉਦੋਂ ਜੀ, ਜੀ ਜਾਂ ਅੰਗਰੇਜ਼ਾਂ ਦੇ ਉਹਨਾਂ ਨੂੰ ਲੈਪਸ ਡੋਗ ਜੋ ਪਾਲਤੂ ਕੁੱਤੇ ਰੱਖੇ ਸੀਗੇ ਜਿਹੜੇ ਜਾਇਦਾਦਾਂ ਦੇ ਜ਼ਮੀਨਾਂ ਲੈਂਦੇ ਸੀਗੇ ਉਹਨਾਂ ਗਦਰੀ ਬਾਬੇ ਫੜਾ ਕੇ, ਆਜ਼ਾਦੀ ਉਹਨਾਂ ਲਈ ਆਈ। ਪਹਿਲੀ ਇਲੈਕਸ਼ਨ ਦੇ ਵਿੱਚ ਜਿਹੜੀਆਂ ਟਿਕਟਾਂ ਦਿੱਤੀਆਂ ਉਹ ਉਹਨਾਂ ਲੈਪਸ ਡੋਗਾਂ ਨੂੰ ਦਿੱਤੀਆਂ। ਹਾਂਜੀ, ਤੇ ਮੋਦੀ ਨੇ ਕਿਹਾ ਸੀ ਕਿ ਭਲੇ ਦਿਨ ਆਉਣਗੇ, ਉਸੇ ਤਰ੍ਹਾਂ ਹੀ ਉਹ ਦਿਨ ਆਏ ਅੰਬਾਨੀ ਅੰਬਾਨੀ ਦੇ ਉੱਤੇ ਤੇ ਅਹਿਮਦ ਸ਼ਾਹ ਦੇ ਉੱਤੇ, ਇੱਦਾਂ ਹੀ ਉਹਨਾਂ ਬੰਦਿਆਂ ਦੇ ਉੱਤੇ ਆਜ਼ਾਦੀ ਆਈ ਸੀਗੀ ਜਿਹੜੇ ਕਿ ਅੰਗਰੇਜ਼ ਦੇ ਚਮਚੇ ਸੀਗੇ ਜਾਂ ਉਹ ਸਾਡੇ ਮੁਲਕ ਦੇ ਵੱਡੇ ਵੱਡੇ ਟਾਟੇ ਬੈਲੈਂਸ। ਹੁਣ ਆਜ਼ਾਦੀ ਦੀ ਬਹੁਤ ਉਦੋਂ ਅੰਗਰੇਜ਼ ਨਾਲੋਂ ਵੀ ਲੋਕ ਦੁਖੀ ਆ, ਹੁਣ ਆਜ਼ਾਦੀ ਦੀ ਜ਼ਿਆਦਾ ਲੋੜ ਆ। ਬਿਲਕੁਲ ਬਿਲਕੁਲ ਬਿਲਕੁਲ, ਆਪਣੇ ਆਪ ਨੂੰ ਸਾਨੂੰ ਆਪਣੀ ਆਵਾਜ਼ ਨੂੰ ਸਾਨੂੰ ਬੁਲੰਦ ਕਰਨਾ ਪਏਗਾ, ਆਪਣੇ ਆਪ 'ਤੇ ਸਾਨੂੰ ਯਕੀਨ ਰੱਖਣਾ ਪਏਗਾ, ਕਿਉਂਕਿ ਜ਼ਿੰਦਗੀ ਤੋਂ ਆਪਣੇ ਹੀ ਦਮ ਪਰ ਜੀ ਜਾਤੀ ਹੈ, ਦੂਸਰੋ ਕੇ ਕੰਧੋਂ ਪਰ ਤੋਂ ਜਨਾਜ਼ਾ ਉਠਾਇਆ ਜਾਤਾ ਹੈ। ਇਹ ਗੱਲ ਤਾਂ ਮੈਂ ਨਹੀਂ ਕਹਿੰਦਾ ਸੀਗਾ, ਆਪ ਸਰਦਾਰ ਭਗਤ ਸਿੰਘ ਜੀ ਕਹਿੰਦੇ ਸੀਗੇ, ਔਰ ਉਹਨਾਂ ਦੀ ਗੱਲਾਂ ਨੂੰ ਯਾਦ ਕਰਦੇ ਹੋਏ ਸਾਨੂੰ ਸਾਡੇ ਜ਼ਿਹਨ ਦੇ ਵਿੱਚ ਇਹ ਹੀ ਆਉਂਦਾ ਕਿ ਅਗਰ ਜੇਕਰ ਤੁਹਾਡੀ ਆਵਾਜ਼ ਦੇ ਵਿੱਚ ਇੰਨਾ ਦਮ ਹੋਣਾ ਚਾਹੀਦਾ, ਤੁਹਾਡੇ ਗੱਲਾਂ ਦੇ ਵਿੱਚ ਇੰਨਾ ਦਮ ਹੋਣਾ ਚਾਹੀਦਾ, ਤੁਹਾਡੇ ਕੰਮ ਦੇ ਵਿੱਚ ਇੰਨਾ ਦਮ ਹੋਣਾ ਚਾਹੀਦਾ ਕਿ ਉਹਦੀ ਆਵਾਜ਼ ਜਿਹੜੀ ਆ ਦੂਰ ਤੱਕ ਜਾਏ, ਉਹਦੀ ਆਵਾਜ਼ ਜਿਹੜੀ ਆ ਉਹਨਾਂ ਗਲਿਆਰਾਂ ਤੱਕ ਪਹੁੰਚੇ ਜਿੱਥੋਂ ਦੀ ਇਹ ਸਾਰੀ ਗੱਲਾਂ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਅਜੇ ਵੀ ਸਾਨੂੰ ਲੋੜ ਹੈਗੀ ਹੈ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਨ ਦੀ, ਜਿੱਥੋਂ ਸਾਨੂੰ ਆਜ਼ਾਦੀ ਨਹੀਂ ਮਿਲੀ। ਅੱਜ ਵੀ ਸਾਨੂੰ ਆਜ਼ਾਦੀ ਦੀ ਲੋੜ ਹੈ ਕਿ ਉਸ ਗਰੀਬ ਘਰ ਦੇ ਵਿੱਚ ਖਾਣਾ ਪਹੁੰਚੇ, ਉਸ ਗਰੀਬ ਪਰਿਵਾਰ ਦੇ ਵਿੱਚ ਖਾਣਾ ਪਹੁੰਚੇ। ਅੱਜ ਵੀ ਸਾਨੂੰ ਆਜ਼ਾਦੀ ਦੀ ਲੋੜ ਹੈਗੀ ਹੈ ਕਿ ਇੱਕ ਹੁਨਾਰ ਜਿਹੜਾ ਬਾਲਕ ਹੈਗਾ, ਜਿਹੜਾ ਹੁਨਾਰ ਉੱਥੇ ਦਾ ਵਿਦਿਆਰਥੀ ਹੈਗਾ, ਉਹਨੂੰ ਵਧੀਆ ਜਿਹੜੀ ਹੈ ਸ਼ਿਕਸ਼ਾ ਮਿਲੇ ਔਰ ਉਹਦੇ ਲਈ ਸਰਕਾਰਾਂ ਸਾਹਮਣੇ ਆਉਣ। ਅੱਜ ਵੀ ਅਗਰ ਆਵਾਜ਼ ਆਉਂਦੀ ਹੈ ਤਾਂ ਆਵਾਜ਼ ਆਉਂਦੀ ਹੈ ਕਿ ਮੈਨੂੰ ਰੋਜ਼ਗਾਰ ਮਿਲੇ, ਮੈਂ ਇੱਕ ਵਧੀਆ ਪੜ੍ਹਾਈ ਕਰਕੇ ਇੱਕ ਅੱਛਾ ਇਨਸਾਨ ਬਣ ਗਿਆ, ਲੇਕਿਨ ਮੇਰੇ ਕੋਲ ਨਹੀਂ ਹੈ ਅਤੇ ਮੇਰੇ ਕੋਲ ਰੋਜ਼ਗਾਰ ਨਹੀਂ ਹੈਗਾ। ਰੋਜ਼ਗਾਰ ਦੀ ਆਵਾਜ਼ ਆਵੇ, ਆਵਾਜ਼ ਆਵੇ ਕਿ ਅੱਜ ਤੋਂ ਮੈਂ ਕਰਪਸ਼ਨ ਨਹੀਂ ਕਰਾਂਗਾ, ਅੱਜ ਤੋਂ ਮੈਂ ਆਪਣੇ ਜ਼ਮੀਰ ਨੂੰ ਨਹੀਂ ਮਾਰਾਂਗਾ, ਇਹ ਆਵਾਜ਼ ਆਵੇ, ਕਿਉਂਕਿ ਇਹਨਾਂ ਆਵਾਜ਼ਾਂ ਦੀ ਆਉਣ ਦੀ ਬਹੁਤ ਲੋੜ ਹੈਗੀ ਹੈ। ਔਰ ਉਹ ਆਵਾਜ਼ ਕਿੱਥੇ ਨਾ ਕਿੱਥੇ ਅਲੋਪ ਹੁੰਦੀ ਜਾ ਰਹੀ ਹੈ ਔਰ ਖਤਮ ਹੁੰਦੀ ਜਾ ਰਹੀ ਹੈ, ਜਿਸ ਕਰਕੇ ਸਾਨੂੰ ਬਹੁਤ ਦੁੱਖ ਹੁੰਦਾ। ਲੇਕਿਨ ਮੈਂ ਧੰਨਵਾਦ ਕਰਦਾ ਤੁਹਾਡਾ ਸਾਰੇ ਵਿਊਅਰਸ ਦਾ, ਮੈਂ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਨਾਲ ਵਿਚਾਰ ਕਰਦੇ ਹੋ ਔਰ ਅਸੀਂ ਵਿਚਾਰ ਸਾਂਝੇ ਕਰਕੇ ਇੱਕ ਦੂਜੇ ਨੂੰ ਜ਼ਰੂਰ ਮਤ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਆਪਣੇ ਗਿਆਨ ਦੇ ਰਾਹੀਂ ਅਸੀਂ ਇੱਕ ਦੂਜੇ ਦੇ ਉੱਤੇ ਜ਼ਰੂਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸੁਨਹਿਰਾ ਭਵਿੱਖ ਜਿਹੜਾ ਸਾਡੇ ਸੂਬੇ ਦਾ ਹੋ ਸਕੇ, ਸਾਡੇ ਦੇਸ਼ ਦਾ ਹੋ ਸਕੇ। ਇਸੀ ਉਮੀਦ ਦੇ ਨਾਲ ਅਸੀਂ ਵੀ ਹੈਗੇ ਹਾਂ, ਇਸੀ ਉਮੀਦ ਦੇ ਨਾਲ ਤੁਸੀਂ ਵੀ ਹੋ। ਜੇਕਰ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਅੱਛਾ ਲੱਗਿਆ ਹੋਣਾ ਤਾਂ ਮੈਨੂੰ ਹੇਠ ਲਿਖੀ ਈਮੇਲ ਆਈ ਡੀ ਦੇ ਉੱਤੇ ਤੁਸੀਂ ਈਮੇਲ ਕਰ ਸਕਦੇ ਹੋ, info@justbroadcasting.com, harkirat@justbroadcasting.com। ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵੀ ਆਜ਼ਾਦੀ ਮੁਬਾਰਕ ਹੋਏ, ਆਜ਼ਾਦ ਹੋਏ, ਆਜ਼ਾਦ ਨਹੀਂ ਵੀ ਹੋਏ, ਕੀ ਲੋੜ ਹੈ ਆਜ਼ਾਦੀ ਦੀ, ਰਹੇਗਾ ਦੇਸ਼ ਆਜ਼ਾਦ, ਕਿਉਂਕਿ ਕਿਹਾ ਜਾਂਦਾ ਹੈ ਹਮ ਹੈ ਆਜ਼ਾਦ। ਬਹੁਤ ਬਹੁਤ ਧੰਨਵਾਦ।